ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਸੋਪੀਆਂ ਵਿੱਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਫੌਜੀ ਕਾਫਲੇ ਤੇ ਕੀਤੇ ਗਏ ਇੱਕ ਸਿਵਿਲੀਅਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 4 ਫੌਜੀ ਜਵਾਨ ਜ਼ਖਮੀ ਹੋ ਗਏ ਨੇ। ਸੂਤਰਾਂ ਮੁਤਾਬਕ ਸੋਪੀਆਂ ਜ਼ਿਲ੍ਹੇ ਦੇ ਇਮਾਸ ਸਾਹਿਬ ਇਲਾਕੇ ਦੇ ਵਿੱਚ ਅੱਤਵਾਦੀਆਂ ਨੇ ਦੇਰ ਸ਼ਾਮ ਸੋਪੀਆਂ ਦੇ ਵਿੱਚ ਫੌਜ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਮੁੜ ਰਹੇ 62 RR ਦੇ ਫੌਜੀ ਕਾਫਲੇ ਤੇ ਹਮਲਾ ਕੀਤਾ, ਜਿਸ ਦੇ ਨਾਲ ਡਰਾਈਵਰ ਅਤੇ 4 ਜਵਾਨ ਜ਼ਖਮੀ ਹੋ ਗਏ ਨੇ। ਡਰਾਈਵਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਫੌਜ ਨੇ ਅੱਤਵਾਦੀਆਂ ਦੀ ਭਾਲ ਦੇ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ, ਪਰ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣ ਵਿੱਚ ਕਾਮਯਾਬ ਰਹੇ।